ਸੱਜਣੋ ਕਹਿੰਦੇ ਨੇ ਕਿ ਹੀਰੇ ਤੇ ਘੋੜੇ ਦਾ ਮੁੱਲ ਉਹਦਾ ਪ੍ਰਾਈਸ ਉਸ ਦੇ ਪਰਖਣ ਵਾਲੇ ਤੇ ਡਿਪੈਂਡ ਹੁੰਦਾ ਹੈ ਕਿ ਹੀਰਾ ਕਿੰਨੇ ਪਰਸੈਂਟ ਹੈ ਤੇ ਘੋੜੇ ਦੀ ਕੁਆਲਿਟੀ ਕੀ ਦਮ ਰੱਖਦੀ ਹੈ ਇਹ ਦੋਵੇਂ ਚੀਜ਼ਾਂ ਤੁਹਾਡੀ ਸਮਝ ਤੇ ਡਿਪੈਂਡ ਕਰਦੀਆਂ ਨੇ ਤੁਹਾਡੇ ਗਿਆਨ ਤੇ ਡਿਪੈਂਡ ਕਰਦੀਆਂ ਨੇ ਤੇ ਅੱਜ ਤੁਹਾਡੇ ਲਈ ਇਹ ਹੀਰਾ ਘੋੜਾ ਲੱਭ ਕੇ ਲਿਆਏ ਆ ਸੱਜਣੋ ਫੋਰ ਸੇਲ ਵਿਕਾਊ ਬੜੇ ਚਿਰ ਦੇ ਕਈ ਵੀਰ ਫੋਨ ਕਰਦੇ ਸੀ ਕਿ ਸੁਖਸੰਦੂ ਜੇ ਕੋਈ ਚੰਗੀ ਲਾਈਨ ਦਾ ਮਜ਼ਬੂਤ ਘੋੜਾ ਸੋਹਣਾ ਸੁਨੱਖਾ ਘੋੜਾ ਫੋਰ ਸੇਲ ਵਿਕਾਊ ਹੋਵੇ ਤੇ ਭਾਈ ਸਾਨੂੰ ਦੱਸੀ ਆ ਤੁਹਾਡੀ ਕਚਹਿਰੀ ਦੇ ਵਿੱਚ ਘੋੜਾ ਲਿਆ ਕੇ ਰਖੜਾ ਕਰਤਾ ਵੀਰਿਓ ਹੁਣ ਤੁਸੀਂ ਇਸ ਘੋੜੇ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਕੱਲੀ-ਕੱਲੀ ਗੱਲ ਨੋਟ ਕਰ ਲਿਓ ਤੇ ਬਾਕੀ ਇੱਥੋਂ ਮੈਂ ਪਹਿਲਾਂ ਦੱਸਦਾ ਕਿ ਜਿਹੜੇ ਭਰਾਵਾਂ ਦੇ ਕੋਲ ਖੜਾ ਉਹ ਬੰਦੇ ਵੀ ਨਿਹਾਈਤੀ ਸ਼ਰੀਫ ਨੇ ਬਹੁਤ ਵਧੀਆ ਬੰਦੇ ਨੇ ਭਾਈ ਜਸਵੀਤ ਸਿੰਘ ਜੀ ਉਹਨਾਂ ਦੇ ਕੋਲ ਘੋੜਾ ਖੜਾ ਹੈ ਤੇ ਇਹਦੀ ਜਾਣਕਾਰੀ ਵੀ ਤੁਹਾਨੂੰ ਦੱਸਦਾ ਕਾਪੀ ਪੈਨ ਫੜ ਕੇ ਦੇਖਰੀ ਨੋਟ ਕਰ ਲਿਓ ਘੋੜੇ ਦਾ ਨਾਮ ਹੈ ਜੀ ਬਿਲਾਲ ਇਹ ਬਿਲਾਲ ਨਾਂ ਦੇ ਘੋੜੇ ਦਾ ਦਾਦਾ ਹੈਗਾ ਨਾ ਘੋੜਾ ਜਿਹੜਾ 22 ਸਰਦਾਰ ਬਿੱਟੂ ਪਮਾਲ ਜੀ ਹੋਣਾ ਕੋਲ ਸੀ ਤੇ ਇਹਦਾ ਬਾਪ ਹੈਗਾ ਸਜਣੋ ਰਾਜਕੇਸਰੀ ਜਿਹੜਾ ਟਾਂਡੇ ਵਾਲਾ ਮਸ਼ਹੂਰ ਕਾਲਾ ਘੋੜਾ ਤੁਸੀਂ ਚੰਗੀ ਭਲੀ ਭਾਂਤੀ ਉਹ ਘੋੜੇ ਨੂੰ ਜਾਣਦੇ ਹੋ ਉਹ ਘੋੜੇ ਨੇ ਵੀ ਬਹੁਤ ਸੋਹਣੇ ਬੱਚੇ ਪੈਦਾ ਕੀਤੇ ਨੇ ਤੇ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਇਹ ਘੋੜਾ ਹੈ ਬਿਲਾਲ ਇਹ ਘੋੜੇ ਦੀ ਉਮਰ ਦੀ ਗੱਲ ਕਰਾਂ ਸਜਣੋ ਤੇ ਉਮਰ ਤਕਰੀਬਨ ਅਜੇ ਹੈਗੀ ਐ 4 ਕੁ ਸਾਲ ਹਜੇ 4 ਸਾਲ ਦਾ ਹੋਇਆ ਨਹੀਂ ਇੱਕ ਦੋ ਮਹੀਨੇ ਤੱਕ ਹੋ ਜਾਊਗਾ ਤਕਰੀਬਨ 4 ਕੁ ਸਾਲ ਦੇ ਨੇੜ ਤੇੜ ਉਮਰ ਹੈ ਤੇ ਜੇ ਹਾਈਟ ਦੀ ਗੱਲ ਕਰਾਂ ਤੇ ਹਾਈਟ ਹੈਗੀ ਐ ਫੱਟੀ ਵਾਲੀ 64 ਇੰਚ ਤੇ ਜੇ ਮਾਂ ਦੇ ਪਾਸੇ ਖਾਨਦਾਨ ਵਾਲੇ ਪਾਸੇ ਜਾਈਏ ਤੇ ਮਾਂ ਹੈਗੀ ਐ ਸਜਣੋ ਮੱਝੂ ਕੇ ਲਾਈਨ ਦੀ ਬਹੁਤ ਵਧੀਆ ਸੋਹਣੀ ਸੁਨੱਖੀ ਤੇ ਉੱਚੀ ਲੰਮੀ ਮਜ਼ਬੂਤ ਘੋੜੀ ਹੈ ਇਹਦੀ ਮਾਂ ਇਹਦੀ ਮਾਂ ਦੀ ਆਪਣੀ ਹਾਈਟ ਹੈਗੀ ਹੈ 62 ਇੰਚ ਮੱਝੂ ਕੀ ਲਾਈਨ ਦੀ ਘੋੜੀ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਤੇ ਬਾਪ ਵੀ ਮੱਝੂ ਕੀ ਲਾਈਨ ਦਾ ਹੋ ਗਿਆ ਤੇ ਮਾਂ ਵੀ ਮੱਝੂ ਕੀ ਲਾਈਨ ਦੀ ਹੈ ਤੇ ਇਹ ਜਿਹੜਾ ਖੂਬਸੂਰਤ ਗਾਂ ਪੈਦਾਵਾਰ ਹੋਈ ਹੈ ਇਹ ਤੁਹਾਡੀ ਕਚਹਿਰੀ 'ਚ ਤੁਹਾਡੇ ਸਾਹਮਣੇ ਹੈ ਹੁਣ ਗੱਲ ਆ ਜਾਂਦੀ ਹੈ ਕਿ ਤੁਸੀਂ ਭਰਾ ਨੂੰ ਇੱਕ ਵਾਰ ਫੋਨ ਜ਼ਰੂਰ ਲਾ ਲਿਓ ਬਹੁਤ ਵਧੀਆ ਗੱਲ ਕਰਦੇ ਨੇ ਤੇ ਜਦੋਂ ਮਰਜ਼ੀ ਬਾਈ ਨੂੰ ਫੋਨ ਲਾ ਕੇ ਤੁਸੀਂ ਭਾਈ ਘੋੜੇ ਦਾ ਪ੍ਰਾਈਜ਼ ਵੀ ਪੁੱਛ ਸਕਦੇ ਹੋ ਵੀ ਕੀ ਡਿਮਾਂਡ ਹੈ ਤੇ ਜੇ ਮੈਂ ਤੁਹਾਨੂੰ ਦੱਸਾਂ ਵੀ ਇਹ ਘੋੜਾ ਖੜਾ ਕਿੱਥੇ ਹੈ ਇਹ ਲੋਕੇਸ਼ਨ ਹੈ ਜਿਹੜੀ ਵੈਸੇ ਤਾਂ ਨੰਬਰ ਤੇ ਫੋਨ ਲਾ ਲਿਓ ਤੇ ਬਾਈ ਲੋਕੇਸ਼ਨ ਪਾ ਦੇਣਗੇ ਜੇ ਤੁਸੀਂ ਫਾਰਮ ਤੇ ਵੀ ਜਾਣਾ ਹੈ ਤੇ ਉਹਦਾ ਮੈਂ ਵੀ ਤੁਹਾਨੂੰ ਦੱਸਦਾ ਕਿ ਪਿੰਡ ਹੈਗਾ ਤਾਜੇਵਾਲ ਪਿੰਡ ਤਾਜੇਵਾਲ ਹੈ ਜੀ ਤੇ ਜ਼ਿਲ੍ਹਾ ਹੈਗਾ ਜੀ ਹੁਸ਼ਿਆਰਪੁਰ ਤਹਿਸੀਲ ਹੈਗੀ ਹੈ ਗੜਸ਼ੰਕਰ ਡਾਕਖਾਨਾ ਹੈਗਾ ਬਸੋਹੀ ਹਿ ਹਿਮਾਚਲ ਤਕਰੀਬਨ ਇੱਥੋਂ ਰਹਿ ਜਾਂਦਾ ਹੈ ਜੀ 20 ਕਿਲੋਮੀਟਰ ਨੇੜ ਤੇੜੀ ਹੈ ਥੋੜਾ ਜਿਹਾ ਪਹਾੜੀ ਇਲਾਕਾ ਆ ਜਾਂਦਾ ਤੁਸੀਂ ਵੇਖਿਆ ਹੀ ਇਹ ਵੀਡੀਓ ਦੇ ਵਿੱਚ ਵੀ ਕਈ ਥਾਵਾਂ ਤੇ ਕਣੀਆਂ ਵੀ ਆ ਰਹੀਆਂ ਨੇ ਤੇ ਕਣੀਆਂ ਦੇ ਵਿੱਚ ਹੀ ਕੈਮਰੇ ਤੇ ਛਤਰੀ ਰੱਖ ਕੇ ਤੇ ਭਾਈ ਅਸੀਂ ਸ਼ੂਟ ਕੀਤਾ ਤਾਂ ਤੁਹਾਡੀ ਕਚਹਿਰੀ ਚ ਰੱਖਦਾ ਘੋੜਾ ਬਾਕੀ ਜੇ ਵੀਡੀਓ ਚੰਗੀ ਲੱਗੇ ਤੇ ਕਮੈਂਟਾਂ ਦੇ ਵਿੱਚ ਜਰੂਰ ਮੈਂਸ਼ਨ ਕਰ ਦਿਓ ਜੀ ਚੰਗੀ ਲੱਗੇ ਭਰਾਵਾਂ ਨੂੰ ਤੇ ਸ਼ੇਅਰ ਜਰੂਰ ਕਰਿਓ ਤੇ ਬਾਕੀ ਸਬਸਕ੍ਰਾਈਬਰ ਕਰ ਲਿਓ ਚੈਨਲ ਤੇ ਪੇਜ ਫੋਲੋ ਕਰ ਲਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਕਾਲਾ ਸੇਖੋਂ ਵਾਲਾ ਜੈਲੀ ਬਾਈ ਐਮ ਨਾਸਿਰ ਗੰਜੈਰਾ ਜਗਦੀਪ ਬਰਾੜ ਰਵਿੰਦਰ ਸਿੰਘ ਦੀ ਹਾਰਸ ਫੋਟੋਗ੍ਰਾਫੀ ਜਸਬੀਰ ਬਿੱਟੂ ਗੁਰਜੰਟ ਬਾਠ ਗੁਰਦੀਪ ਸਿੰਘ ਮਠਾਰੂ ਮੁਹੰਮਦ ਜਨੀਸ ਤਾਹਿਰ ਹਰਪਾਲ ਸਿੰਘ ਲੱਕੜ ਵਾਲੀ ਜ਼ਿਲ੍ਹਾ ਸਰਸਾ ਤੋਂ ਹਰਪ੍ਰੀਤ ਬਰਾੜ ਅਮਨ ਸਰਪੰਚ ਵਾਜਿਦ ਜੱਟ ਪਾਕਿਸਤਾਨ ਤੋਂ ਅਵਤਾਰ ਸਿੰਘ ਸਿਹਰਾ ਸਿਕੰਦਰ ਚੌਧਰੀ ਜਤਿੰਦਰ ਸਿੰਘ ਮਲਕੀਰਤ ਸੰਧੂ ਲਾਡੀ ਮੀਲੂ ਪ੍ਰਿੰਸ ਗੁਰਾਇਆ ਮੁਹੰਮਦ ਰਿਜ਼ਵਾਨ ਦਾਦੀ ਹੀ ਕਮਾਂਡੋ ਬਲਜੀਤ ਸੰਧੂ ਬਾਈ ਤਮੂਰ ਕੋੜੇ ਵਾਲੇ ਗੁਰਤੇਜ ਢਿੱਲੋ ਰਵਿੰਦਰ ਕੰਗ ਤੇ ਸੱਜਣੋ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੀ ਹੈ ਤੇ ਕਰਿਓ ਸਪੋਰਟ ਅੱਗੇ ਸ਼ੇਅਰ ਜ਼ਰੂਰ ਜ਼ਰੂਰ ਕਰ ਦਿਓ ਬਾਕੀ ਜੇ ਕੋਈ ਭਰਾ ਸੱਜਣੋ ਘੋੜਾ ਖਰੀਦਣ ਬਾਰੇ ਸੋਚ ਰਿਹਾ ਹੈ ਤੇ ਉਹਦੇ ਫੋਨ ਤੱਕ ਜ਼ਰੂਰ ਮੇਰੇ ਵੀਰੇ ਵੀਡੀਓ ਪਹੁੰਚਾ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਜਾਇਜ ਰੇਟ ਦੇ ਵਿੱਚ ਤੁਹਾਨੂੰ ਇਹ ਜਿਹੜਾ ਘੋੜਾ ਹੈ ਇਹ ਮਿਲ ਸਕਦਾ ਹੈ ਫੋਨ ਲਾ ਕੇ ਬਾਈ ਜੀ ਨਾਲ ਇੱਕ ਵਾਰ ਗੱਲਬਾਤ ਕਰ ਲਿਓ ਬਹੁਤ ਜਲਦ ਤੁਹਾਡੀ ਕਚਹਿਰੀ ਚ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਦਿਓ ਦੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹਾਜ਼ਰ ਹੋ ਧੰਨਵਾਦ